ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਵੀ ਇਮਰਾਨ ਖਾਨ ਵਰਗੀ ਮੁਸ਼ਕਲ ਵਿੱਚ गिरਦੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਕਿ 트ੰਪ ਨੇ ਕਥਿਤ ਤੌਰ ਤੇ ਖਜ਼ਾਨਾ ਵਿਭਾਗ ਨੂੰ ਵਿਦੇਸ਼ੀ ਤੋਂ ਮਿਲੇ 3 ਲੱਖ ਡਾਲਰ ਮੁੱਲ ਵਾਲੇ ਤੋਫਿਆਂ ਦੀ ਜਾਣਕਾਰੀ ਨਹੀਂ ਦਿੱਤੀ ਖਾਸ ਕਰਕੇ ਇਹ ਕਿ ਕੁੱਲ 117 ਤੋਫਿਆਂ ਦੇ ਵਿੱਚੋਂ 17 ਭਾਰਤ ਤੋਂ ਮਿਲੇ ਸੀ